ਦੋ ਟਰਾਲੀਆਂ ਦੇ ਵਿੱਚ ਗੰਨਾ ਲੈ ਕੇ ਜਾ ਰਹੇ ਕਿਸਾਨ ਦੇ ਟਰੈਕਟਰ ਦੀ ਹੁੱਕ ਟਰਾਲੀ ਦੇ ਨਾਲੋਂ ਖੁੱਲ ਗਈ। ਹਾਲਾਂਕਿ ਜਦੋਂ ਇਹ ਹੁੱਕ ਖੁੱਲੀ ਤਾਂ ਉਸ ਤੋਂ ਬਾਅਦ ਜੋ ਟਰਾਲੀਆਂ ਸੀ ਗੰਨੇ ਦੇ ਨਾਲ ਭਰੀਆਂ ਹੋਈਆਂ, ਉਹਨਾਂ ਦੀ ਟੱਕਰ ਕਾਰਾਂ ਦੇ ਨਾਲ ਹੋ ਜਾਂਦੀ ਹੈ ਜੋ ਕਿ ਸੜਕ ਦੇ ਕਿਨਾਰੇ 'ਤੇ ਖੜੀਆਂ ਹੁੰਦੀਆਂ ਨੇ। ਤਾਂ ਇਹ ਹਾਦਸਾ ਭਰੇ ਬਾਜ਼ਾਰ ਦੇ ਵਿੱਚ ਹੋਇਆ। ਜਦੋਂ ਇੱਕ ਕਿਸਾਨ ਟਰੈਕਟਰ ਟਰਾਲੀ ਦੇ ਵਿੱਚ ਗੰਨਾ ਲੱਦ ਕੇ ਲੈ ਕੇ ਜਾ ਰਿਹਾ ਹੁੰਦਾ ਤਾਂ ਅਚਾਨਕ ਹੀ ਜੋ ਟਰਾਲੀ ਹੈ ਉਸਦੀ ਹੁੱਕ ਟਰੈਕਟਰ ਦੇ ਨਾਲੋਂ ਖੁੱਲ ਜਾਂਦੀ ਹੈ, ਜਿਸ ਤੋਂ ਬਾਅਦ ਟਰੈਕਟਰ ਵੱਖ ਹੋ ਜਾਂਦਾ ਅਤੇ ਟਰਾਲੀਆਂ ਰੁੜਦੀਆਂ ਹੋਈਆਂ ਜਾ ਕੇ ਸਿੱਧੀਆਂ ਕਾਰਾਂ ਨੂੰ ਟੱਕਰ ਮਾਰ ਦਿੰਦੀਆਂ। ਹਾਲਾਂਕਿ ਇਹ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਇੱਕ ਟਰੈਕਟਰ ਜਿਸਦੇ ਪਿੱਛੇ ਦੋ ਟਰਾਲੀਆਂ ਪਾਈਆਂ ਹੋਈਆਂ ਸਨ ਅਤੇ ਗੰਨੇ ਦੇ ਨਾਲ ਦੋਵੇਂ ਟਰਾਲੀਆਂ ਭਰੀਆਂ ਹੋਈਆਂ ਨੇ, ਅਚਾਨਕ ਇਹਨਾਂ ਦਾ ਹੁੱਕ ਜੋ ਹੈ ਟਰੈਕਟਰ ਨਾਲੋਂ ਵੱਖ ਹੋ ਜਾਂਦਾ, ਜਿਸ ਤੋਂ ਬਾਅਦ ਟਰੈਕਟਰ ਕਿਤੇ ਹੋਰ ਅਤੇ ਟਰਾਲੀਆਂ ਸੜਕ ਦੇ ਦੂਜੇ ਪਾਸੇ ਜਾ ਕੇ ਕਾਰਾਂ ਨੂੰ ਟੱਕਰ ਮਾਰ ਦਿੰਦੀਆਂ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅਤੇ ਮਾਮਲਾ ਗੁਹਾਨਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਆਪਣੇ ਟਰੈਕਟਰ ਟਰਾਲੀ ਦੇ ਵਿੱਚ ਗੰਨਾ ਲੱਦ ਕੇ ਲੈ ਕੇ ਜਾ ਰਿਹਾ ਹੁੰਦਾ ਤਾਂ ਟਰਾਲੀ ਦੀ ਹੁੱਕ ਜੋ ਹੈ ਟਰੈਕਟਰ ਨਾਲੋਂ ਵੱਖ ਹੋ ਜਾਂਦੀ ਹੈ, ਜਿਸ ਤੋਂ ਬਾਅਦ ਟਰਾਲੀਆਂ ਖੁੱਲ੍ਹ ਕੇ ਸਿੱਧਾ ਕਾਰਾਂ ਨੂੰ ਟੱਕਰ ਮਾਰ ਦਿੰਦੀਆਂ ਨੇ। ਹਾਲਾਂਕਿ ਮੌਕੇ ਦੇ ਉੱਤੇ ਮਾਹੌਲ ਕਾਫੀ ਭੱਖ ਜਾਂਦਾ, ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਭਰੇ ਬਾਜ਼ਾਰ ਦੇ ਵਿੱਚ ਇਹ ਹਾਦਸਾ ਹੋਇਆ। ਗੰਦਾ ਗੇੜ ਨੇ ਆਪਣਾ ਔਰ ਜੋ ਹੁੱਕ ਨਿਕਲ ਗਿਆ, ਅਚਾਨਕ ਪਤਾ ਉਸ ਨੇ ਵੀ ਨਹੀਂ ਦਾ ਹੁੱਕ ਨਿਕਲਣੇ ਕੇ ਬਾਅਦ ਯਾ ਠੇਲੀ ਹੈ ਜੋ ਗੱਡੀ ਮੇਂ ਲੱਗੀ ਇੱਕ ਮੈਂ ਵਾ ਗੱਡੀ ਦੂਸਰੀ ਗੱਡੀ ਮੇਂ ਜਦ ਲੱਗੀ ਔਰ ਨੁਕਸਾਨ ਜਾ ਰਿਹਾ ਗੱਡੀਆਂ ਮੈਂ ਪੁਲਿਸ ਵਾਲੇ ਬਤਾ ਰਹੇ ਹੈ ਕਿ ਭਾਈ ਇਸ ਮੈਂ ਵੀ ਦੋ ਠੇਲੀ ਦੋ ਟਰੈਕਟਰ ਨੂੰ ਬਾਕੀ ਨੂੰ ਹੈ ਗੱਡੀ ਤੇ ਦੋਨੋਂ ਆ ਗਈ ਹੈ। 1112 ਵਜੇ ਕਾਲ ਆਈ ਸੀ 10 ਮਿੰਟ ਪਹਿਲੇ ਵੀ ਐਸੇ ਐਸੇ ਫੁਹਾਰੇ ਤੋਂ ਨਾ ਗਾਡੀ ਹੋ ਗਿਆ ਐਕਸੀਡੈਂਟ ਹੋ ਗਈ, ਡੈਮੇਜ ਹੋ ਗਈ ਦੋ ਗਾਡੀਆਂ। ਤੋ ਮੌਕੇ ਪਾ ਕਰ ਪਤਾ ਕਰਾ ਵੀ ਇੱਕ ਟਰੈਕਟਰ ਵਾਲਾ ਨਾ ਗੰਨੇ ਕੀ ਟਰਾਲੀ ਲੈ ਕੇ ਜਾ ਰਿਹਾ ਤਾ, ਉਸਕਾ ਹੁੱਕ ਨਿਕਲ ਗਿਆ ਅਚਾਨਕ ਸੇ ਔਰ ਉਹ ਦੋਨੋਂ ਗਾਡੀਆਂ ਰੋਂਗ ਪਾਰਕਿੰਗ ਬਣੀ ਸੀ ਰੋਡ ਦੇ ਕਿਨਾਰੇ, ਹੁਣ ਦੋਨੋਂ ਗਾਡੀਆਂ ਥੋੜ੍ਹਾ ਥੋੜ੍ਹਾ ਟੱਚ ਹੋ ਗਿਆ, ਥੋੜ੍ਹਾ ਥੋੜ੍ਹਾ ਡੈਮੇਜ ਹਨ ਮੈਂ ਪਰਿੰਟਸ ਆ ਰਹੇ ਹਾਂ ਲਟਕਾ ਉਹ ਕਰ ਵਾਲਾ ਧਰਮਿੰਦਰ ਫਾਦਰ ਆਣੇ ਕੇ ਬਾਅਦ ਮੈਂ ਕੁਛ ਕਰੂੰਗਾ। ਕੋਈ ਜਾਨ ਮਾਲ ਕੀ ਹਾਨੀ ਨਹੀਂ, ਕਿਸੇ ਕੋਈ ਨੁਕਸਾਨ ਨਹੀਂ।